ਕਿੱਥੇ ਹੋਇਆ 70% ਕੰਮ ਇਹਨਾਂ ਨੇ ਖਾਲਸਾ ਏਡ ਨੇ ਕੀਤਾ, ਪ੍ਰਸ਼ਾਸਨ ਵੱਲੋਂ ਬਿਲਕੁਲ 0% ਕੰਮ, ਪ੍ਰਸ਼ਾਸਨ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ। ਸਰ ਜੀ ਸਵੇਰ ਦੇ ਲੱਗੇ ਹੋਏ ਆ, ਬਸ ਪ੍ਰਸ਼ਾਸਨ ਦੇ ਜਿਹੜੇ ਬੰਦੇ ਆ ਗੇੜੇ ਕੱਢਦੇ ਆ, ਚਲੇ ਜਾਂਦੇ ਆ, ਏਸੀ ਵਿੱਚ ਜਾ ਕੇ ਬਹਿ ਜਾਂਦੇ ਗੱਡੀ ਦੇ। ਪ੍ਰਸ਼ਾਸਨ ਲਈ ਵੀ ਕੰਮ ਤਾਂ ਹੋ ਸਕਦਾ ਨਾ, ਜੇ NGOs ਲੱਗੀਆਂ ਹੋਈਆਂ ਨੇ, ਹੌਸਲਾ ਵਧਾਉਣ ਨੂੰ ਇੱਥੇ ਬਹਿ ਜਾਂਦੇ, ਹੌਸਲਾ ਵਧਾਉਣ ਨੂੰ ਬੈਠ ਸਕਦੇ ਸੀ ਨਾ ਇੱਥੇ, ਉਹ ਵੀ ਨਹੀਂ ਬੈਠੇ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ DC ਸਾਹਿਬ ਨੂੰ ਪਹਿਲਾਂ ਪਤਾ ਸੀ, ਸਾਰੇ ਪ੍ਰਸ਼ਾਸਨ ਨੂੰ ਪਹਿਲਾਂ ਪਤਾ ਸੀ ਵੀ ਇਹ ਚੀਜ਼ ਹੋਣੀ ਆ, ਸਭ ਦਾ ਪਤਾ ਸੀ ਵੀ ਇੰਨਾ ਨੁਕਸਾਨ ਹੋਣਾ, ਹੁਣ ਗੇੜੇ ਕੱਢਣ ਦੀ ਬਜਾਏ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਐਫਰਟ ਕੀਤੇ। ਜੇ ਸਰਕਾਰਾਂ ਇੰਨਾ ਹੌਸਲਾ ਦੇਣ ਤਾਂ ਕੰਮ ਅੱਜ ਰਾਤ ਹੀ ਹੋ ਜਾਵੇ, ਜੇ ਚਾਹੋ ਤਾਂ ਨਹੀਂ ਹੋਣਾ। ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਕਈ ਪਿੰਡਾਂ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ, ਜਿੱਥੇ ਕਿ ਪਾੜ ਪਿਆ ਹੈਗਾ। ਅਸੀਂ ਇੱਕ ਉਸ ਸਥਾਨ 'ਤੇ ਜਿਹੜਾ ਭੋਲੇਪੁਰ ਕਦੀਮਾ ਜਿਹੜਾ ਪਿੰਡ ਹੈਗਾ ਉੱਥੇ ਖੜ੍ਹੇ ਹਾਂ। ਉੱਥੇ ਹੁਣ ਦੇਰ ਰਾਤ ਦੇ 12 ਵੱਜ ਚੁੱਕੇ ਨੇ, ਖਾਲਸਾ ਏਡ ਦੇ ਹੋਰ NGO ਸੰਸਥਾਵਾਂ ਇੱਥੇ ਲੱਗੀਆਂ ਹੋਈਆਂ ਨੇ, ਜਿਹੜੀਆਂ ਕਿ ਇਹ ਬੋਰੀਆਂ ਦੇ ਵਿੱਚ ਰੇਤਾ ਭਰ ਰਹੀਆਂ ਨੇ ਤਾਂ ਜੋ ਜਿਹੜਾ ਪਾੜ ਪਿਆ ਹੋਇਆ ਉਹਨੂੰ ਭਰਿਆ ਜਾ ਸਕੇ। ਅਸੀਂ ਜਿਹੜੇ ਇੱਥੇ NGO ਦੀਆਂ ਸੰਸਥਾ ਨੇ, ਨੌਜਵਾਨ ਨੇ, ਪਿੰਡਾਂ ਦੇ ਲੋਕ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਨਾਲ ਉਹ ਲਗਾਤਾਰ ਲੱਗੇ ਹੋਏ ਨੇ, ਕਿ ਪ੍ਰਸ਼ਾਸਨ ਵੱਲੋਂ ਕੋਈ ਮਦਦ ਆਈ ਕਿ ਨਹੀਂ, ਕਿ ਸਿਰਫ ਉਹਨਾਂ ਵੱਲੋਂ ਇਕੱਲਾ ਇਸ ਤਰ੍ਹਾਂ ਨਾਲ ਜਿਹੜਾ ਇੱਥੇ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਗੱਲ ਕਰਨ ਦੀ ਕਰਿਆ ਕਰਾਂ ਕੋਸ਼ਿਸ਼। ਸਾਡੇ ਨਾਲ ਨੌਜਵਾਨ ਮੌਜੂਦ ਨੇ, ਭਾਅ ਜੀ ਕੀ ਕਹਿਣਾ ਚਾਹੁੰਦੇ ਹੋ? ਭਾਅ ਜੀ ਮੈਂ ਤੁਸੀਂ ਕਰੋ ਗੱਲ, ਭਾਅ ਜੀ ਇੱਧਰ ਕਰੋ ਗੱਲ, ਕੋਈ ਨਹੀਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਹੈਗੇ ਨੇ NGO ਸੰਸਥਾ ਦੇ ਮੈਂਬਰ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਨਾਲ ਜਿਹੜਾ ਸੇਵਾ ਕੀਤੀ। ਭਾਅ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਖਾਲਸਾ ਏਡ ਤੋਂ ਆਏ ਹੋ, ਕੀ ਕਹਿਣਾ? ਭਾਅ ਜੀ ਜਿੱਦਾਂ ਤੱਕ ਕਿ ਆਪਾਂ ਦੇਖ ਰਹੇ ਹਾਂ ਕਿ ਪਾਣੀ ਦਾ ਵਹਾਅ ਉਵੇਂ ਦਾ ਉਵੇਂ ਉੱਪਰ ਦੇ ਉੱਪਰ ਆ ਰਿਹਾ, ਅਤੇ ਹਾਲੇ ਵੀ ਕਿ ਬਹੁਤ ਜ਼ਿਆਦਾ ਰਿਕੁਆਇਰਮੈਂਟਸ ਆਪਣੀ ਹੈਗੀਆਂ ਨੇ ਕਿ ਜੇ ਜਿੰਨਾ ਪਾੜ ਇੱਥੇ ਪਿਆ ਹੋਇਆ ਉਹਦੇ ਵਾਸਤੇ ਉਹਨੂੰ ਭਰਨ ਵਾਸਤੇ ਜਿੰਨਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ, ਅਤੇ ਉਹੀ ਆਪਣੇ ਵੀਰ ਸਾਰੇ ਵਲੰਟੀਅਰਸ ਲੱਗੇ ਹੋਏ ਨੇ ਕਿ ਵੀ ਉਹ ਕੋਸ਼ਿਸ਼ ਪੂਰੀ ਹੋ ਜਾਵੇ ਅਤੇ ਸਵੇਰ ਹੁੰਦੇ ਨੂੰ ਕਿ ਆਪਾਂ ਇਹ ਪਾੜ ਨੂੰ ਰੋਕਣਾ ਸ਼ੁਰੂ ਕਰ ਦਈਏ ਤਾਂ ਕਿ ਪਾਣੀ ਅੰਦਰਲੇ ਪਿੰਡਾਂ ਵਾਲੇ ਪਾਸੇ ਜਾ ਕੇ ਹੋਰ ਨੁਕਸਾਨ ਨਾ ਕਰ ਸਕੇ। ਪਰ ਪ੍ਰਸ਼ਾਸਨ ਵੱਲੋਂ ਸਿਰਫ ਹਜੇ ਵਿਜ਼ਿਟ ਹੀ ਹੋ ਰਹੀਆਂ ਨੇ ਅਤੇ ਹਾਲੇ ਤੱਕ ਤਾਂ ਕੋਈ ਪ੍ਰਸ਼ਾਸਨ ਵੱਲੋਂ ਆਇਆ ਕੋਈ ਅਧਿਕਾਰੀ ਵੱਡਾ ਜਾਂ ਕੋਈ ਉਹਨਾਂ ਨੇ ਕੋਈ ਨੁਮਾਇੰਦੇ ਆਪਣੇ ਲਗਾਏ ਹੋਏ ਨੇ ਜਾਂ ਕਿਤੇ ਕੋਈ ਨਹੀਂ? ਜੀ ਕਾਫੀ ਲੋਕ ਵਿਜ਼ਿਟ ਤਾਂ ਕਰਕੇ ਗਏ ਨੇ ਅਤੇ ਹੁਣ ਨਾ ਅਸੀਂ ਪੁੱਛ ਰਹੇ ਹਾਂ ਕਿਸੇ ਤੋਂ ਵੀ ਕਿਉਂ ਤੁਸੀਂ ਕਿਸ ਗੱਲ 'ਤੇ ਵਿਜ਼ਿਟ ਕਰਕੇ ਜਾ ਰਹੇ ਹੋ, ਜਾਂ ਕੋਈ ਵੀ ਪਿੰਡ ਵੱਲੋਂ ਵੀ ਜਾਂ ਕਿਸੇ ਪਾਸੋਂ ਵੀ ਜੋ ਦੇਖਣ ਵਾਲੇ ਆ ਰਹੇ ਨੇ ਅਤੇ ਆ ਕੇ ਆਪਣਾ ਆਪਣਾ ਕੰਮ ਕਰਕੇ, ਇਹ ਵੀ ਨਹੀਂ ਹੈ ਕਿ ਕਰਕੇ ਜਾ ਰਹੇ ਨੇ, ਕੁਝ ਨਾਲ ਆਪਣੇ ਸਾਥੀ ਸਹਿਯੋਗ ਦੇ ਰਹੇ ਨੇ, ਨਾਲ ਆਪਣੇ ਵੀਰ ਪਿੰਡਾਂ ਦੇ ਵਿੱਚੋਂ ਕੋਈ ਲੰਗਰ ਲਿਆ ਰਿਹਾ, ਕੋਈ ਆਪਣਾ ਸੇਵਾ ਵਾਸਤੇ ਆਪ ਆ ਰਹੇ ਨੇ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਜ ਰਾਤ ਦਾ ਕਿੰਨਾ 12:30 ਦਾ ਟਾਈਮ ਚੱਲ ਰਿਹਾ ਅਤੇ ਪਿੰਡ ਵਾਲੇ ਵੀਰ ਵੀ ਸਾਰੇ ਲੱਗੇ ਹੋਏ ਨੇ, ਖਾਲਸਾ ਏਡ ਦੀ ਟੀਮ ਵੀ ਤੈਨਾਤ ਹੈ ਨਾਲ ਹੀ, ਅਤੇ ਜਿਵੇਂ ਜਿਵੇਂ ਸਾਨੂੰ ਸਹੂਲਤਾਂ ਮਿਲੀ ਜਾ ਰਹੀਆਂ ਅਸੀਂ ਉਵੇਂ ਉਵੇਂ ਕੰਮ ਕਰੀ ਜਾ ਰਹੇ ਹਾਂ। ਕਿੰਨੀਆਂ ਕੁ ਬੋਰੀਆਂ ਹੁਣ ਤੱਕ ਰੇਤੇ ਦੀਆਂ ਭਰੀਆਂ ਜਾ ਸਕਦੀਆਂ? ਕਿੱਡਾ ਕੁ ਲੰਬਾ ਪਾੜ ਹੈਗਾ, ਕਿੰਨਾ ਕੁ ਟਾਈਮ ਲੱਗ ਸਕਦਾ? ਪਾੜ ਤਾਂ ਤੁਸੀਂ ਅੱਗੇ ਹੋ ਕੇ ਆਪ ਦੇਖ ਸਕਦੇ ਹੋ ਵੀ ਕਿੰਨਾ ਕੁ ਪਾੜ ਹੈਗਾ, ਅਤੇ ਬੋਰੀਆਂ ਲਈ ਤਾਂ ਇੱਦਾਂ ਕਿ ਜਿਵੇਂ ਜਿਵੇਂ ਆਪਾਂ ਨੂੰ ਬੋਰੀਆਂ ਤਾਂ ਕਾਊਂਟ ਤਾਂ ਕੀਤੀ ਨਹੀਂ ਜਾ ਰਹੀਆਂ ਹੈਗੀਆਂ, ਕਾਊਂਟ ਤਾਂ ਕੀਤੀ ਨਹੀਂ ਜਾ ਰਹੀਆਂ, ਪਰ ਜਿਵੇਂ ਆਪਣੇ ਵਲੰਟੀਅਰਸ ਲੱਗੇ ਹੋਏ ਨੇ ਉਵੇਂ ਦੇ ਉਵੇਂ ਨਾਲ ਨਾਲ ਭਰੀ ਜਾ ਰਹੇ ਨੇ। ਬਿਲਕੁਲ, ਜਿਹੜਾ ਖਾਲਸਾ ਏਡ ਤੋਂ ਨੇ ਇਹਨਾਂ ਨੇ ਜਿਹੜਾ ਇੱਥੇ ਲਗਾਤਾਰ ਜਿਹੜੀਆਂ ਬੋਰੀਆਂ ਭਰ ਰਹੇ ਨੇ, ਅਸੀਂ ਕੁਝ ਨੌਜਵਾਨ ਵੀ ਜਿਹੜਾ ਪਾੜ ਪਿਆ ਅਸੀਂ ਤੁਹਾਨੂੰ ਦਿਖਾਵਾਂਗੇ, ਇਹ ਜਿਸ ਤਰ੍ਹਾਂ ਸਵੇਰੇ ਸੀ ਉਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਕੀ ਕਹਿਣਾ ਚਾਹੁੰਦੇ ਭਾਅ ਜੀ ਤੁਸੀਂ? ਭਾਅ ਜੀ ਜੋ ਰਿਕੁਆਇਰਮੈਂਟ ਸੀਗੀ ਉਸ ਹਿਸਾਬ ਦੇ ਨਾਲ ਇਸ ਵੇਲੇ ਰਿਕੁਆਇਰਮੈਂਟ ਇਹ ਸੀਗੀ ਵੀ ਬੋਰੀਆਂ ਜਿਹੜੀਆਂ ਹੈਗੀਆਂ ਉਹ ਰੇਤਾ ਦੀਆਂ,
ਇਹਨਾਂ ਨੂੰ ਭਰ ਕੇ ਬੰਨ੍ਹ ਕੇ ਇਹਨਾਂ ਨੂੰ ਸੇਵ ਕਰਕੇ ਰੱਖਿਆ ਜਾਵੇ, ਕਿਉਂਕਿ ਸਵੇਰੇ ਜਿਹੜੀ ਵੀ ਟੀਮ ਆਏਗੀ ਉਹਨੇ ਜਾਲ ਬੰਨ੍ਹ ਕੇ ਇਹਦੇ ਵਿੱਚ ਕੰਮ ਸ਼ੁਰੂ ਕਰਨਾ, ਅਤੇ ਉਹਦੇ ਲਈ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਸੀਗੀ ਉਹ ਸੀਗੀ ਰੇਤਾ ਬੈਗ ਦੇ ਵਿੱਚ ਭਰ ਕੇ ਅਸੀਂ ਰੱਖੀ ਹੋਈ ਹੈ ਸਾਈਡ 'ਤੇ, ਉਹਦੇ ਉੱਤੇ ਹੀ ਇਸ ਵੇਲੇ ਕੰਮ ਚੱਲ ਰਿਹਾ। ਟੀਮ ਦੇ ਤੁਹਾਡੇ ਇੱਥੇ ਆਏ ਹੋਏ? ਟੀਮ ਦੇ ਤਕਰੀਬਨ ਸਵੇਰ ਤੋਂ ਆਲਰੇਡੀ ਟੀਮਾਂ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਜਿਹੜੀਆਂ ਉਹ ਆ ਰਹੀਆਂ ਸਵੇਰ ਦੀਆਂ। ਤਕਰੀਬਨ ਅਸੀਂ ਹੁਣ ਜਿਹੜੀ ਵੀ ਟੀਮ ਹੈਗਾ ਹੁਸ਼ਿਆਰਪੁਰ ਤੋਂ ਆ ਰਹੀ ਹੈ, ਹੁਣ ਕੁਛ ਟੀਮ ਹੈਗੀਆਂ ਜਿਹੜੀ ਸਾਡੀ ਚੰਡੀਗੜ੍ਹ ਤੋਂ ਆ ਰਹੀ ਹੈ, ਅਤੇ ਜਿਹੜੀਆਂ ਲੋਕਲ ਟੀਮ ਸੀਗੀਆਂ ਉਹਨਾਂ ਨੂੰ ਅਸੀਂ ਇਸ ਵੇਲੇ ਰੈਸਟ 'ਤੇ ਭੇਜਿਆ ਹੋਇਆ, ਅਤੇ ਉਹ ਟੀਮਾਂ ਹੁਣ ਸਾਡੇ ਤੋਂ ਬਾਅਦ ਸਵੇਰੇ। ਕੁਛ ਪੱਧਰ ਘਟਿਆ ਹੋਇਆ ਦਰਿਆ ਦਾ ਪਾਣੀ ਦਾ, ਕਿਉਂ ਤਰ੍ਹਾਂ? ਦਰਿਆ ਦੇ ਪਾਣੀ ਦਾ ਥੋੜ੍ਹਾ ਪੱਧਰ 'ਤੇ ਘਟਿਆ ਹੋਇਆ, ਪਰ ਅਜੇ ਤੱਕ ਕੁਛ ਫਾਈਨਲ ਨਹੀਂ ਗਾ ਵੀ ਜੇ ਪਿੱਛੋਂ ਪਾਣੀ ਛੱਡਿਆ ਗਿਆ ਹੋਰ ਤਾਂ ਫਿਰ ਨੁਕਸਾਨ ਦਾ ਚਾਂਸਿਸ ਵੱਧ ਸਕਦੇ ਆ, ਪਰ ਇਸ ਵੇਲੇ ਅਜੇ ਤੱਕ ਸਥਿਰ ਹੈ ਪਾਣੀ, ਅਜੇ ਤੱਕ ਨਾ ਵੱਧ ਜਾਂ ਘੱਟ ਕੁਛ ਵੀ ਇੱਦਾਂ ਦਾ ਨਹੀਂ ਹੋਏ ਚਾਂਸ। ਪਹਿਲਾਂ ਤਾਂ ਮੈਂ ਖਾਲਸਾ ਏਡ ਦਾ ਬਹੁਤ ਬਹੁਤ ਧੰਨਵਾਦੀ ਕਰਨਾ ਧੰਨਵਾਦੀ ਕਹਾਂ ਕਿ ਇਹਨਾਂ ਨੇ ਨਾ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇੱਥੇ, ਔਰ ਜਿੰਨਾ ਵੀ ਕੰਮ ਇੱਥੇ ਹੋਇਆ 70% ਕੰਮ ਇਹਨਾਂ ਨੇ ਖਾਲਸਾ ਏਡ ਨੇ ਕੀਤਾ, ਪ੍ਰਸ਼ਾਸਨ ਵੱਲੋਂ ਬਿਲਕੁਲ 0% ਕੰਮ, ਪ੍ਰਸ਼ਾਸਨ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ, 0% ਕੰਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਇੱਥੇ। ਇੱਥੇ ਕੰਮ ਸਿਰਫ ਲੋਕਲ ਜਿਹੜੇ ਨੌਜਵਾਨ, ਤੁਸੀਂ ਪਿੱਛੇ ਜੇ ਕੈਮਰਾਮੈਨ ਤੁਹਾਡਾ ਦਿਖਾ ਸਕੇ, ਇੱਥੇ ਜਿੰਨਾ ਵੀ ਕੰਮ ਹੈ ਸਿਰਫ ਖਾਲਸਾ ਏਡ ਔਰ ਇੱਥੇ ਲਾਗੇ ਬੰਨੇ ਦੇ ਜਿਹੜੇ ਪਿੰਡਾਂ ਦੇ ਨੌਜਵਾਨ ਆ 18 ਤੋਂ 20 ਤੋਂ 25 ਸਾਲ, ਆਪਾਂ ਕਹਿ ਰਹੇ ਕਿ ਪੰਜਾਬੀ ਨੌਜਵਾਨ ਜਿਹੜਾ ਨਸ਼ਿਆਂ 'ਚ ਰੁੜੀ ਜਾ ਰਿਹਾ, ਪਰ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਨਾ ਉਹਨੂੰ ਇੱਥੇ ਆ ਕੇ ਦੇਖਣਾ ਚਾਹੀਦਾ ਕਿ ਜਿਹੜਾ ਇੱਥੇ ਨੌਜਵਾਨਾਂ ਨੇ ਕੰਮ ਕੀਤਾ, ਬੋਰੀਆਂ ਭਰੀਆਂ, ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਕੰਮ ਆ ਸਿਰਫ ਪ੍ਰਸ਼ਾਸਨ ਇੱਕ ਪੰਜਾਬੀ 'ਚ ਕਿਹਾ ਜਾਵੇ ਤਾਂ ਮਿੱਠੀ ਗੋਲੀ ਦੇ ਰਿਹਾ। ਹੁਣ DC ਸਾਹਿਬ ਆਏ ਸੀ, ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਜੀ ਮੇਰੇ ਮਗਰ ਮੇਰੇ ਸੈਕਟਰੀ ਆ ਰਹੇ, ਉਹਨਾਂ ਨਾਲ ਗੱਲ ਕਰੋ, ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਅਸੀਂ ਸਵੇਰੇ ਕਰਾਂਗੇ ਜੀ ਜੋ ਕੁਛ ਹੋ ਸਕਦਾ ਇੱਥੇ। ਅਸੀਂ ਭਾਈ ਸਾਹਿਬ ਮੇਰੇ ਨਾਲ ਸੀ, ਇਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ, ਕਹਿੰਦੇ ਸਵੇਰੇ ਅਸੀਂ ਜੋ ਵੀ ਹੋ ਸਕਦਾ ਇਹਦਾ ਹੱਲ ਕਰਾਂਗੇ। ਪਾਣੀ ਰੁਕਿਆ ਹੋਇਆ, ਇਹ ਸਹੀ ਮੌਕਾ ਸੀ ਕਿ ਇਹਨੂੰ ਬੰਨਿਆ ਜਾ ਸਕਦਾ ਸੀ ਜੇ ਪ੍ਰਸ਼ਾਸਨ ਸਹੀ ਤਰ੍ਹਾਂ ਦੇ ਨਾਲ ਆਪਣਾ ਕੰਮ ਕਰਦਾ, ਪਰ ਬੜੀ ਨਿੰਦਾ ਦਾ ਕੰਮ ਹੈ, ਪ੍ਰਸ਼ਾਸਨ ਜਿਹੜਾ ਬਿਲਕੁਲ ਇੱਥੇ ਫੇਲ ਹੋਇਆ, ਸਿਰਫ ਤਮਾਸ਼ਬੀਨ ਬਣ ਕੇ ਜਿਹੜਾ ਲੋਕਾਂ ਦੀ ਮੌਤ ਦਾ, ਉਹਨਾਂ ਦੇ ਫਸਲਾਂ ਦੀ ਤਬਾਹੀ ਦਾ ਜਿਹੜਾ ਨਜ਼ਾਰਾ ਦੇਖਿਆ ਪ੍ਰਸ਼ਾਸਨ ਨੇ, ਬਹੁਤ ਮਾੜੀ ਗੱਲ ਹੈ ਜੀ। ਸਰ ਜੀ ਸਵੇਰ ਦੇ ਲੱਗੇ ਹੋਏ ਆ, ਬਸ ਪ੍ਰਸ਼ਾਸਨ ਦੇ ਜਿਹੜੇ ਬੰਦੇ ਆ ਗੇੜੇ ਕੱਢਦੇ ਆ, ਚਲੇ ਜਾਂਦੇ ਆ, AC ਵਿੱਚ ਜਾ ਕੇ ਬਹਿ ਜਾਂਦੇ ਗੱਡੀ ਦੇ, ਅਤੇ ਉਸ ਤੋਂ ਬਾਅਦ ਜੀ ਕਹਿੰਦੇ ਜੀ ਜਾਲ ਬਣਾਉਣਾ ਜੀ, ਜਦ ਤੱਕ ਬੋਰੀਆਂ ਭਰ ਕੇ ਰੱਖ ਲਓ ਜੀ, ਠੀਕ ਆ ਜੀ। ਉਹਨਾਂ ਦਾ ਕੋਈ ਬੰਦਾ ਨਹੀਂ ਆਇਆ ਹੈਗਾ ਕਿ ਉਹ ਆਣ ਕੇ ਹੈਲਪ ਕਰਨ, ਕਿਉਂਕਿ ਸਾਰਿਆਂ ਨੂੰ ਕਿਸੇ ਨੂੰ ਐਕਸਪੀਰੀਅੰਸ ਨਹੀਂ ਹੈਗਾ ਇੱਥੇ ਜਿਹੜੇ ਕੰਮ ਕਰਦੇ ਪਏ, ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨੀ ਹੈਗੀ, ਹੈ ਨਾ। ਅਤੇ ਕੁਛ ਬੰਦੇ ਆ ਕੇ ਜਿੱਦਾਂ ਪਹਿਲੇ ਉੱਥੇ ਸਾਰੇ ਜਮ੍ਹਾਂ ਕਰ ਲਏ ਸੀ ਇੱਕ ਤਾਂ, ਕੁਛ ਬੰਦੇ ਕਹਿੰਦੇ ਕਿ ਨਾ ਸਾਈਡ 'ਤੇ ਲਾ ਦਿਓ, ਕੁਛ ਘੰਟੀ ਟਰੱਕ ਟਰੁੱਕ ਆਊਗਾ ਅਤੇ ਉਹ ਕੰਮ ਕਰਨਾ, ਉਹ ਦਿੱਕਤ ਹੋਊਗੀ ਉਹਨੂੰ। ਉਸ ਤੋਂ ਬਾਅਦ ਕਹਿੰਦੇ ਜੀ ਜਾਲ ਬਣਾਉਣਾ ਜੀ, ਵਿੱਚ ਤਾਰਾਂ ਲਿਆ ਕੇ ਰੱਖੀਆਂ ਹੋਈਆਂ, ਸਵੇਰੇ ਜਾਲ ਬਣਾਉਣਗੇ ਇਹ ਜਦੋਂ ਪਾਣੀ ਫੇਰ ਚੱਲ ਪਿਆ, ਅਤੇ ਉਹਦਾ ਫਾਇਦਾ ਕੀ ਤਾਰਾ ਲਿਆਉਂਦਾ, ਜਾਲ ਜਿਹੜਾ ਹੁਣ ਬਣਾਉਣਗੇ ਸਵੇਰੇ ਆਪਾਂ ਕੰਮ ਕਰਨ ਵਾਲੇ ਹੋਈਏ, ਕੁਛ ਨਹੀਂ ਕਰਨ ਡੇ ਹੈਗਾ, ਕੋਈ ਫਾਇਦਾ ਨਹੀਂ ਹੈਗਾ ਇੱਥੇ। ਇਹ ਵੀ ਜਾਂਦੇ ਲੱਗਣੇ ਕੱਲ੍ਹ ਤੱਕ, ਜੇ ਰੁਕ ਗਿਆ ਪਾਣੀ ਤਾਂ ਮੈਨੂੰ ਕਹਿ ਦਿਓ ਜੀ, ਮੈਂ ਦਾੜੀ ਮਨਾ ਦੂੰਗਾ। ਬਿਲਕੁਲ, ਜਿਹੜੇ ਇੱਥੇ ਨੌਜਵਾਨ ਨੇ ਪ੍ਰਸ਼ਾਸਨ ਤੋਂ ਖਫਾ ਨੇ, ਜਿਹੜੇ ਕੰਮ ਕਰਨ ਵਾਲੇ ਵੀ ਪ੍ਰਸ਼ਾਸਨ ਤੋਂ ਖਫਾ ਨੇ, ਪ੍ਰਸ਼ਾਸਨ ਦੇ ਅਧਿਕਾਰੀ, ਡਿਪਟੀ ਕਮਿਸ਼ਨਰ ਲੁਧਿਆਣਾ ਵੀ ਆਏ ਨੇ, ਅਸੀਂ ਵੀ ਉਹਨਾਂ ਨਾਲ ਗੱਲ ਕੀਤੀ ਆ, ਪਰ ਕੋਈ ਟੀਮ ਦਾ ਮੈਂਬਰ ਇੱਥੇ ਨਹੀਂ ਪਹੁੰਚਿਆ। ਅਸੀਂ ਸਾਡੇ ਨਾਲ ਪ੍ਰਮੋਦ ਕੌਸ਼ਲ ਜੀ ਨੇ, ਸਾਡੇ ਸੀਨੀਅਰ ਐਡੀਟਰ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸੋਚਦੇ ਹੋ ਇਹ ਸਾਰਾ ਦੇਖ ਕੇ। ਦੇਖੋ, ਇੱਕ ਤਾਂ ਬੜੀ ਕਲੀਅਰ ਗੱਲ ਆ ਕਿ ਪ੍ਰਸ਼ਾਸਨ ਨੇ ਸਾਰਾ ਕੰਮ ਜਿਹੜਾ ਆ ਉਹ ਹਜੇ ਤੱਕ ਜਿੰਨਾ ਕੁ ਅਸੀਂ ਵਾਚ ਆਊਟ ਕੀਤਾ ਆ ਪੂਰੇ ਏਰੀਆਜ਼ ਦੇ ਵਿੱਚ ਜਾ ਕੇ, ਪ੍ਰਸ਼ਾਸਨ ਨੇ ਤਕਰੀਬਨ NGOs ਦੇ ਸਹਾਰੇ ਜਾਂ ਪਿੰਡਾਂ ਵਾਲਿਆਂ ਦੇ ਸਹਾਰੇ ਉਹਨਾਂ ਨੂੰ ਛੱਡਤਾ ਆ। ਕਿਹਾ ਜਾ ਸਕਦਾ ਵੀ ਪ੍ਰਸ਼ਾਸਨ ਜਿਹੜਾ ਆ ਉਹ ਜਿਹੜੇ ਦਾਅਵੇ ਕਰਦਾ ਆ ਰਿਹਾ ਲਗਾਤਾਰ ਕਿ ਅਸੀਂ ਤੁਸੀਂ ਬੰਨ੍ਹਾਂ ਨੂੰ ਪੱਕਾ ਕੀਤਾ ਆ, ਤੁਸੀਂ ਬੰਨ੍ਹ ਦੀ ਹਾਲਤ ਦੇਖੀ ਜਾ ਸਕਦੀ ਆ ਵੀ ਜਿੱਡਾ ਲੰਬਾ ਪਾੜ ਇਸ ਤੁਸੀਂ ਬੰਨ੍ਹ ਦੇ ਉੱਤੇ ਪਿਆ ਆ, ਉਹ ਪ੍ਰਸ਼ਾਸਨ ਦੇ ਜਿਹੜੇ ਦਾਅਵੇ ਆ ਨਾ
ਉਹਨਾਂ ਦੀ ਹਕੀਕਤ ਬਿਆਨ ਕਰਨ ਨੂੰ ਆਪਣੇ ਆਪ ਦੇ ਵਿੱਚ ਇਟ ਸੈਲਫ ਦੇ ਵਿੱਚ ਕਾਫੀ ਆ। ਨੰਬਰ 2 ਦੇ ਉੱਤੇ ਇੱਥੇ ਖਾਲਸਾ ਏਡ ਵਾਲੇ ਲੱਗੇ ਹੋਏ ਆ, ਇੱਥੇ ਸਿੱਖਸ ਫੋਰ ਇਕੁਐਲਿਟੀ ਵਾਲੇ ਲੱਗੇ ਹੋਏ ਆ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਲੱਗੇ ਹੋਏ ਆ, ਲੰਗਰ ਲੈ ਕੇ ਰਾਹੋਂ ਤੋਂ ਲੋਕ ਆਏ ਹੋਏ ਨੇ। ਮੀਨਸ ਪ੍ਰਸ਼ਾਸਨ ਦੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸੀ, ਜਿਹੜੇ ਐਨ ਜੀ ਓਜ਼ ਇੱਥੇ ਲੱਗੀਆਂ ਹੋਈਆਂ ਨੇ ਇਹਨਾਂ ਐਨ ਜੀ ਓਜ਼ ਦੇ ਜਿਹੜੇ ਲੰਗਰ ਪਾਣੀ ਦਾ ਪ੍ਰਬੰਧ ਕਰਨ ਦਾ ਪ੍ਰਸ਼ਾਸਨ ਨੇ ਆਪਣੇ ਵੱਲੋਂ ਕੀ ਇੰਤਜ਼ਾਮ ਕੀਤਾ, ਹੈ ਨਾ। ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਜਿਹੜੇ ਥੈਲੇ ਵੀ ਨੇ ਉਹ ਵੀ ਇਹ ਭਰ ਰਹੇ ਨੇ, ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ, ਕੋਈ ਟੈਕਨੀਕਲ ਬੰਦਾ ਕੋਈ ਨਹੀਂ ਇਸ ਟਾਈਮ, ਜਿਵੇਂ ਪਾਣੀ ਖੜ੍ਹਾ ਇਸ ਟਾਈਮ ਵੀ ਰਾਤ ਨੂੰ ਇਹ ਜਾਲ ਪਾਇਆ ਜਾ ਸਕਦਾ। ਗੱਲ ਫਿਰ ਉਹੀ ਆ ਗਈ ਆ ਕਿ ਜਿਵੇਂ ਹੁਣ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਦਾਅਵੇ ਕਰ ਰਹੇ ਨੇ, ਉਹਨਾਂ ਵੱਲੋਂ ਹੁਣੇ ਇੱਕ ਦਾਅਵਾ ਕੀਤਾ ਗਿਆ, ਸਾਡੇ ਇੱਕ ਵੀਰ ਜੀ ਇੱਥੇ ਸੀਗੇ ਕਿ ਇਹ ਪਾੜ ਜਿਹੜਾ ਆ ਕੱਲ੍ਹ ਤੱਕ ਵੀ ਨਹੀਂ ਭਰਿਆ ਜਾਣਾ। ਕਿਸਾਨਾਂ ਦੀ ਯਾਨੀ ਇੱਥੇ ਪੁੱਤਾਂਗ ਪਾਲੀ ਹੋਈ ਜਿਹੜੀ ਫਸਲ ਆ ਨਾ, ਉਹ ਪਾਣੀ ਦੀ ਭੇਟ ਚੜ੍ਹੀ ਆ, ਔਰ ਚੜ੍ਹੀ ਸਿਰਫ ਔਰ ਸਿਰਫ ਇਸ ਕਰਕੇ ਆ ਕਿਉਂਕਿ ਪ੍ਰਸ਼ਾਸਨ ਦੀ ਨੈਗਲੀਜੈਂਸੀ ਰਹੀ ਆ। ਪ੍ਰਸ਼ਾਸਨ ਆਪਣੀ ਜਿਹੜੀ ਜ਼ਿੰਮੇਵਾਰੀ ਤੋਂ ਦੌੜ ਨਹੀਂ ਸਕਦਾ ਕਿ ਨੈਗਲੀਜੈਂਸੀ ਹੋਈ ਆ, ਜਦ ਪਤਾ ਸੀ ਕਿ ਪਾਣੀ ਐਡੇ ਵੱਡੇ ਲੈਵਲ 'ਤੇ ਆਉਣਾ ਆ, ਹੜ੍ਹਾਂ ਦੇ ਪ੍ਰਬੰਧਾਂ ਦੇ ਦਾਅਵੇ ਕੀਤੇ ਜਾਂਦੇ ਆ, ਡਿਜ਼ਾਸਟਰ ਮੈਨੇਜਮੈਂਟ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਆ, ਪਰ ਉਹ ਕਿੱਥੇ ਆ ਡਿਜ਼ਾਸਟਰ ਮੈਨੇਜਮੈਂਟ, ਹੈ ਨਾ। ਇੱਥੇ ਕਿਤੇ ਡੀ ਸੀ ਸਾਹਿਬ ਵੀ ਆਏ ਨੇ, ਉਹ ਕਹਿੰਦੇ ਪਾਣੀ ਦਾ ਪ੍ਰਭਾਵ ਘਟਿਆ ਹੋਇਆ, ਕੀ ਰਾਤ ਨੂੰ ਕੰਮ ਕੀਤਾ ਜਾ ਸਕਦਾ ਸੀ? ਜੇ ਦੇਖ ਰਹੇ ਹੋ ਜਿਸ ਤਰ੍ਹਾਂ ਪਾਣੀ ਦਾ ਪ੍ਰਭਾਵ ਘਟਿਆ, ਲੋਕ ਖੜ੍ਹੇ ਨੇ ਇੱਥੇ ਕੰਮ, ਜੇ ਐਨ ਜੀ ਓਜ਼ ਕੰਮ ਕਰ ਸਕਦੀਆਂ ਤਾਂ ਪ੍ਰਸ਼ਾਸਨ ਲਈ ਕੰਮ ਕਿਉਂ ਨਹੀਂ ਹੋ ਸਕਦਾ ਜੀ? ਪ੍ਰਸ਼ਾਸਨ ਲਈ ਵੀ ਕੰਮ ਤਾਂ ਹੋ ਸਕਦਾ ਨਾ, ਜੇ ਐਨ ਜੀ ਓਜ਼ ਲੱਗੀਆਂ ਹੋਈਆਂ ਨੇ। ਹੌਂਸਲਾ ਵਧਾਉਣ ਨੂੰ ਵੀ ਇੱਥੇ ਬਹਿ ਜਾਂਦੇ, ਹੌਂਸਲਾ ਵਧਾਉਣ ਨੂੰ ਬੈਠ ਸਕਦੇ ਸੀ ਨਾ ਇੱਥੇ, ਉਹ ਵੀ ਨਹੀਂ ਬੈਠੇ। ਹੁਣ ਜਿੱਦਾਂ ਇੱਥੇ ਇਹ ਵੀ ਦਾਅਵੇ ਕਰ ਰਹੇ ਵੀ ਪ੍ਰਸ਼ਾਸਨ ਜਿਹੜੇ ਆ ਰਹੇ ਨੇ, ਅਧਿਕਾਰੀ ਜਿਹੜੇ ਆ ਰਹੇ ਨੇ, ਉਹ ਸਿਰਫ ਔਰ ਸਿਰਫ ਗੇੜਾ ਕੱਢਦੇ ਨੇ, ਗੇੜਾ ਕੱਢ ਕੇ ਜਾ ਰਹੇ ਨੇ। ਵੀਰ ਜੀ ਨੇ ਗੱਲ ਕਰਕੇ, ਹਾਂਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਵੀ ਡੀਸੀ ਸਾਹਿਬ ਨੂੰ ਪਹਿਲਾਂ ਪਤਾ ਸੀ, ਸਾਰੇ ਪ੍ਰਸ਼ਾਸਨ ਨੂੰ ਪਹਿਲਾਂ ਪਤਾ ਸੀ ਵੀ ਇਹ ਚੀਜ਼ ਹੋਣੀ ਆ, ਸਭ ਦਾ ਪਤਾ ਸੀ ਵੀ ਇੰਨਾ ਨੁਕਸਾਨ ਹੋਣਾ। ਹੁਣ ਗੇੜੇ ਕੱਢਣ ਦੀ ਬਜਾਏ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਐਫਰਟ ਕੀਤੇ? ਨਾ ਹੁਣ ਕੋਈ ਇਹਨਾਂ ਦਾ ਆਮ ਲੋਕ ਆ ਕੇ ਇੱਥੇ ਇਕੱਠੇ ਹੋ ਕੇ ਸੇਵਾ ਕਰ ਰਹੇ ਆ, ਸਾਰੇ ਖਾਲਸਾ ਏਡ ਆਈ ਆ, ਕਿੰਨੇ ਕਿੰਨੇ ਦੂਰੋਂ ਹੋਰ ਜ਼ਿਲ੍ਹਿਆਂ ਤੋਂ ਵੀ ਪਹੁੰਚ ਕੇ, ਇਹਨਾਂ ਦਾ ਕੋਈ ਬੰਦਾ ਨਹੀਂ ਆ ਸਕਿਆ ਇੱਥੇ। ਗੇੜੇ ਕੱਢਣ ਦਾ ਕੀ ਫਾਇਦਾ ਇਕੱਲਾ ਆ ਕੇ, ਜਦੋਂ ਇੱਥੇ ਬੋਰੀਆਂ ਮੁੰਡੇ ਭਰ ਰਹੇ ਨੇ, ਆਲੇ ਦੁਆਲੇ ਇਕੱਠੇ ਹੋ ਕੇ ਲੰਗਰ ਵੀ ਆਪ ਤਿਆਰ ਕਰ ਰਹੇ ਨੇ? ਜਾਂ ਤਾਂ ਹੋਵੇ ਇਹਨਾਂ ਨੂੰ ਪਹਿਲਾਂ ਪਤਾ ਨਾ ਹੋਵੇ, ਪਹਿਲਾਂ ਕੋਈ ਵੀ ਐਫਰਟ ਨਹੀਂ, ਇੱਕ ਐਫਰਟ ਦੱਸ ਦੇਣ ਪਹਿਲਾਂ ਕੀ ਕੀਤਾ ਇਹਦਾ ਬਚਾਅ ਲਈ, ਕਿਸੇ ਨੇ ਕੋਈ ਐਫਰਟ ਨਹੀਂ ਕੀਤਾ ਹੈਗਾ। ਰਾਤ ਨੂੰ ਗੇੜੇ ਮਾਰਨ ਦਾ ਇੱਥੇ ਬੇਮਤਲਬ ਦਾ ਕੀ ਫਾਇਦਾ ਵਾ? ਪ੍ਰਮੋਦ ਜੀ ਗੁੱਸਾ ਦਿਖ ਰਿਹਾ ਹੈਗਾ ਸਾਰੇ ਨੌਜਵਾਨ, ਗੁੱਸਾ ਜਾਇਜ਼ ਆ, ਗੁੱਸਾ ਜਾਇਜ਼ ਇਸ ਲਈ ਆ ਕਿ ਨੁਕਸਾਨ ਜਿਹੜਾ ਹੈ ਨਾ ਉਹ ਪਿੰਡਾਂ ਵਾਲਿਆਂ ਨੂੰ ਚੱਲਣਾ ਪੈ ਰਿਹਾ ਆ, ਨੁਕਸਾਨ ਜਿਹੜਾ ਆ ਉਹ ਉਹਨਾਂ ਕਿਸਾਨਾਂ ਨੂੰ ਚੱਲਣਾ ਪੈ ਰਿਹਾ ਜਿਹੜੇ ਆਲਰੇਡੀ ਪਰੇਸ਼ਾਨ ਚੱਲ ਰਹੇ ਨੇ। ਪਾਣੀ ਇੰਨਾ ਆਇਆ, ਇੰਨਾ ਪਾਣੀ ਨੇ ਤਬਾਹੀ ਮਚਾਈ ਆ, ਮੀਨਸ ਚਾਰ ਜਗ੍ਹਾ ਤੋਂ ਇਸ ਪੂਰੇ ਏਰੀਏ ਦੇ ਵਿੱਚ ਚਾਰ ਜਗ੍ਹਾ ਤੋਂ ਜਿਹੜਾ ਆ ਉਹ ਬੰਨ੍ਹ ਜਿਹੜਾ ਆ ਉਹ ਟੁੱਟਿਆ ਆ, ਅਤੇ ਜ਼ਿੰਮੇਦਾਰ ਕੌਣ ਆ ਇਹਦੇ ਲਈ, ਜਵਾਬਦੇਹੀ ਕਿਹਦੀ ਹੋਊਗੀ? ਕੀ ਪ੍ਰਸ਼ਾਸਨ ਸੁੱਤਾ ਪਿਆ ਹੈਗਾ? ਕਹਿ ਸਕਦੇ ਹਾਂ ਵੀ ਰਾਤ ਨੂੰ ਪ੍ਰਸ਼ਾਸਨ ਸੁੱਤਾ ਪਿਆ, ਲੋਕ ਆਪਣੀ ਹਿਫਾਜ਼ਤ ਲਈ ਜਾਗਦਾ ਪਿਆ? ਰਾਤ ਨੂੰ ਨਹੀਂ, ਪ੍ਰਸ਼ਾਸਨ ਦਿਨੇ ਵੀ ਸੁੱਤਾ ਹੀ ਆ, ਪ੍ਰਸ਼ਾਸਨ ਤਾਂ ਦਿਨੇ ਵੀ ਸੁੱਤਾ ਹੀ ਆ, ਦਿਨੇ ਸੁੱਤਾ ਕਰਕੇ ਪਾੜ ਪੈ ਗਿਆ ਨਾ, ਰਾਤ ਤਾਂ ਅੱਜ ਦੀ ਆ, ਇਸ ਤੋਂ ਪਹਿਲਾਂ ਤਾਂ ਦਿਨੇ ਚੱਲਦੇ ਪਏ ਸੀਗੇ, ਕੋਈ ਅਧਿਕਾਰੀ ਨਹੀਂ ਹੈਗਾ ਮਜ਼ਬੂਤ। ਮੀਨਸ ਉਹੀ ਗੱਲ ਆ ਗਈ ਨਾ, ਇਹ ਹਕੀਕਤ ਆ ਇਹ। ਇਸ ਟਾਈਮ ਰਾਤ ਨੂੰ ਜੇ, ਮੈਂ ਫਿਰ ਉਹੀ ਗੱਲ ਕਹਿ ਰਿਹਾ ਹਾਂ ਵੀ ਰਾਤ ਨੂੰ ਜੇ ਐਨ ਜੀ ਓਜ਼ ਕੰਮ ਕਰ ਸਕਦੀਆਂ ਤਾਂ ਪ੍ਰਸ਼ਾਸਨ ਜੇ ਕੰਮ ਕਰਨ 'ਤੇ ਆਵੇ ਤਾਂ ਕਿਹੜੀ ਗੱਲ ਔਖੀ ਆ ਪ੍ਰਸ਼ਾਸਨ ਦੇ ਲਈ? ਸਾਰਾ ਉਹਨਾਂ ਦੇ ਕੋਲ ਅਮਲਾ ਆ, ਸਾਰਾ ਉਹਨਾਂ ਦੇ ਕੋਲ ਤੰਤਰ ਆ, ਜੋ ਚਾਹਣ ਉਹ ਕਰ ਸਕਦੇ ਆ। ਜੇ ਇਹ ਖਾਲਸਾ ਏਡ ਵਾਲੇ ਵੀਰ ਲੱਗੇ ਹੋਏ ਆ, ਪਿੰਡਾਂ ਦੇ ਲੋਕ ਲੱਗੇ ਹੋਏ ਆ, ਆ ਵੀਰ ਜੀ ਸਾਡੇ ਰਾਹੋਂ ਤੋਂ ਲੰਗਰ ਲੈ ਕੇ ਇੱਥੇ ਆਏ ਹੋਏ ਆ, ਮੀਨਸ ਲੋਕਲ ਪ੍ਰਸ਼ਾਸਨ ਇੱਥੇ ਨਹੀਂ ਆਇਆ, ਰਾਹੋਂ ਤੋਂ ਲੰਗਰ ਲੈ ਕੇ ਇੱਥੇ ਆ ਗਏ ਨੇ, ਵੀ ਕਿੱਡੀ ਵੱਡੀ ਗੱਲ ਆ ਵੀ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਫਿਕਰਮੰਦੀ ਕਰ ਰਹੇ ਨੇ ਆਪਣੇ ਭਾਈ ਭਰਾਵਾਂ ਦੇ ਲਈ। ਜਿਹਨਾਂ ਨੂੰ ਫਿਕਰਮੰਦੀ ਕਰਨ ਦੇ ਲਈ ਸਰਕਾਰ ਨੇ ਨੋਮੀਨੇਟ ਕੀਤਾ ਹੋਇਆ, ਉਹਨਾਂ ਦੀ ਫਿਕਰਮੰਦੀ ਜਿਹੜੀ ਆ ਉਹ ਦੇਖਦੀ ਪਈ ਆ ਵੀ ਕਿੰਨੀ ਕੁ ਫਿਕਰਮੰਦੀ ਹੈ। ਜਿਹੜੀ ਸਰਕਾਰ ਦੇ ਭਰੋਸੇ, ਪ੍ਰਸ਼ਾਸਨ ਦੇ ਭਰੋਸੇ ਲੋਕ ਨੇ, ਉਹ ਪ੍ਰਸ਼ਾਸਨ ਦਿਨੇ ਵੀ ਸੁੱਤਾ ਪਿਆ ਅਤੇ ਰਾਤ ਨੂੰ ਵੀ ਸੁੱਤਾ ਪਿਆ, ਲੇਕਿਨ ਜਿਹੜੇ ਲੋਕ ਨੇ ਆਪਣੇ ਆਪਣੇ ਲੋਕਾਂ ਦੀ ਮਦਦ ਲਈ ਜਾਗਦੇ ਨੇ, ਰਾਹੋਂ ਤੋਂ ਵੀਰ ਕੁਛ ਜਿਹੜੇ ਨੇ ਲੰਗਰ ਲੈ ਕੇ ਆਏ ਨੇ, ਦੇਰ ਰਾਤ ਨੂੰ ਰਾਹੋਂ ਤੋਂ ਇਸ ਟਾਈਮ ਵੀ ਖੜ੍ਹੇ ਨੇ, ਰਾਤ ਦੇ 12:30 ਦੇ ਕਰੀਬ ਪੌਣੇ ਕੁ ਦੇ ਟਾਈਮ ਹੋ ਗਿਆ, ਕੀ ਕਹਿਣਾ ਚਾਹੁੰਦਾ? ਸਤਿ ਸ਼੍ਰੀ ਅਕਾਲ, ਕਹਿਣਾ ਚਾਹੁੰਦਾ ਜੀ ਮੈਂ ਸਾਰਿਆਂ ਨੂੰ ਪਹਿਲਾਂ ਤਾਂ, ਦੇਖੋ ਜੀ
ਆਪਣੇ ਵੀਰ ਬਹੁਤ ਦੂਰ ਦੂਰ ਤੋਂ ਆਏ ਹੋਏ ਨੇ ਜਿਹੜੇ ਸਾਰੇ ਇੱਥੇ ਕੰਮ ਕਰ ਰਹੇ ਨੇ। ਸਰਕਾਰਾਂ ਵੀ ਆ ਰਹੀਆਂ ਵਾਂ ਪਰ ਕੋਈ ਹੱਲ ਨਹੀਂ ਹੋ ਰਿਹਾ। ਹੁਣ ਵੀਰ ਕਈ ਆਉਂਦੇ ਨੇ, ਹੌਂਸਲਾ ਵੀ ਤੋੜਦੇ ਨੇ, ਕਈ ਹੌਂਸਲਾ ਵੀ ਦਿੰਦੇ ਨੇ। ਜੇ ਸਰਕਾਰਾਂ ਇੰਨਾ ਹੌਂਸਲਾ ਦੇਣ ਤਾਂ ਕੰਮ ਅੱਜ ਰਾਤ ਹੀ ਹੋ ਜਾਵੇ, ਜੇ ਚਾਹੋ ਤਾਂ ਨਹੀਂ ਹੋਣਾ। ਜਿਹੜੇ ਹਿਸਾਬ ਨੇ ਉਹਨਾਂ ਦਾ ਹੈਗਾ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ, ਇੱਥੇ ਕੀ ਸੇਵਾ ਕਰ ਰਹੇ? ਹਾਂਜੀ, ਸਾਨੂੰ ਵੀਰਾਂ ਦੇ ਫੋਨ ਕਾਲਸ ਆਈਆਂ ਸੀਗੀਆਂ ਵੀ ਇੱਥੇ ਆਹ ਪ੍ਰੋਬਲਮ ਆ। ਅਸੀਂ ਚਲੋ ਜੋ ਸਾਡੇ ਤੋਂ ਸਰਿਆ, ਅਸੀਂ ਤਿੰਨ ਪਿੰਡਾਂ ਤੋਂ ਇਕੱਠਾ ਕਰਕੇ ਲੰਗਰ ਲੈ ਕੇ ਆਏ ਹਾਂ ਇੱਥੇ। ਹਾਂਜੀ, ਸਾਡਾ ਪਿੰਡ ਹੈਗਾ ਜੀ ਰਾਹੋਂ ਰੋਡ ਅਤੇ ਬੂਥਗੜ੍ਹ ਸਸਰਾਲੀ ਅਤੇ ਰੋਡ, ਤਿੰਨ ਪਿੰਡਾਂ ਦਾ ਲੰਗਰ ਆਇਆ ਜੀ ਇੱਥੇ। ਅਤੇ ਹੋਰ ਸਾਡੇ ਵੀਰ ਬਹੁਤ ਦੂਰ ਤੋਂ ਆਏ ਹੋਏ ਆ, ਹੋਰ ਵੀ ਬਹੁਤ ਲੰਗਰ ਲੈ ਕੇ ਆਏ ਵੀਰ, ਅਤੇ ਅਸੀਂ ਵੀ। ਅਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਹੁਣ ਇਹ ਮੁਸੀਬਤ ਦਾ ਹੱਲ ਹੋਵੇ, ਸਰਕਾਰਾਂ ਕਰਨ ਤਾਂ ਵਧੀਆ ਗੱਲ ਆ। ਬਾਕੀ ਬਿਲਕੁਲ, ਜਿਹੜਾ ਤੁਸੀਂ ਦੇਖਿਆ ਸੀ ਪ੍ਰਮੋਦ ਕੌਸ਼ਲ ਜੀ ਨਾਲ ਵੀ ਗੱਲ ਕੀਤੀ, ਜਿਹੜੇ ਦੂਰੋਂ ਦੂਰੋਂ ਇੱਥੇ ਵੀਰ ਲੰਗਰ ਲੈ ਕੇ ਆਏ ਨੇ ਉਹਨਾਂ ਨਾਲ ਵੀ ਗਈ, ਨੌਜਵਾਨਾਂ ਨਾਲ ਵੀ ਕੀਤੀ, ਖਾਲਸਾ ਏਡ ਨਾਲ ਵੀ। ਸਭ ਦੇ ਵਿੱਚ ਪ੍ਰਸ਼ਾਸਨ ਦੇ ਪ੍ਰਤੀ ਕਿਤੇ ਨਾ ਕਿਤੇ ਗੁੱਸਾ ਹੈਗਾ। ਡਿਪਟੀ ਕਮਿਸ਼ਨਰ ਸਾਹਿਬ ਆਏ ਜ਼ਰੂਰ ਨੇ, ਗੇੜਾ ਮਾਰਿਆ, ਲੇਕਿਨ ਇਸ ਟਾਈਮ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਇੱਥੇ ਮੌਕੇ 'ਤੇ ਮੌਜੂਦ ਨਹੀਂ ਹੈਗਾ। ਜਦਕਿ ਇਹ ਜਿਹੜਾ ਪਾੜ ਆ ਇਹਨੂੰ ਰਾਤੋਂ ਰਾਤ ਬੰਦ ਕੀਤਾ ਜਾ ਸਕਦਾ ਸੀਗਾ। ਨੌਜਵਾਨਾਂ 'ਚ ਇੰਨਾ ਜੋਸ਼ ਸੀ, ਇੰਨੇ ਨੌਜਵਾਨ ਨੇ, ਉਹ ਚਾਹੁੰਦੇ ਸੀ ਟੈਕਨੀਕਲ ਬੰਦੇ ਇੱਥੇ ਹੁੰਦੇ, ਰਾਤ ਨੂੰ ਬੰਦ ਕੀਤਾ ਜਾ ਸਕਦਾ। ਲੇਕਿਨ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਾ ਮੌਜੂਦ ਹੋਣ ਕਰਕੇ, ਉਹਨਾਂ ਦੇ ਵਿੱਚ ਕੰਮ ਪਾੜ ਨੂੰ ਨਾ ਭਰਨ ਦੀ ਕੋਈ ਮਨਸ਼ਾ ਹੋਣ ਕਰਕੇ, ਜਿਵੇਂ ਪਾਣੀ ਵੀ ਇੱਥੇ ਸਲੋਅ ਚੱਲ ਰਿਹਾ ਸੀ, ਹੁਣ ਦੇਖੋ ਸਵੇਰ ਨਾਲੋਂ ਕਾਫੀ ਪਾਣੀ ਖੜ੍ਹਾ ਸੀਗਾ, ਹੁਣ ਇਹ ਕੰਮ ਕੀਤਾ ਜਾ ਸਕਦਾ। ਲੇਕਿਨ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਲਾਪਰਵਾਹੀ ਹਮੇਸ਼ਾ ਹੀ ਜਿਹੜਾ ਆਮ ਲੋਕਾਂ ਨੂੰ ਇਹਦਾ ਜਿਹੜਾ ਹੈਗਾ ਜਿਹੜਾ ਗੁੱਸਾ ਝੱਲਣਾ ਪੈਂਦਾ, ਆਮ ਲੋਕਾਂ ਨੂੰ ਤਕਲੀਫ ਝੱਲਣੀ ਪੈਂਦੀ ਆ, ਉਹੀ ਤਕਲੀਫ ਜਿਹੜੇ ਇਸ ਪਿੰਡ ਦੇ ਲੋਕ ਅਤੇ ਅਗਲੇ ਪਿੰਡਾਂ ਦੇ ਲੋਕ ਝੱਲ ਰਹੇ ਨੇ। ਸੋ ਲੋੜ ਆ ਪ੍ਰਸ਼ਾਸਨ ਜਾਗੇ ਅਤੇ ਲੋਕਾਂ ਦੀ ਸਮੱਸਿਆ ਨੂੰ ਦੂਰ ਕਰੇ, ਤਾਂ ਜੋ ਲੋਕ ਇਸ ਤਰ੍ਹਾਂ ਦੀ ਸਮੱਸਿਆ ਤੋਂ ਬਚ ਸਕਣ। ਜਿਹੜਾ ਬਾਰ ਬਾਰ ਵਿਕਾਸ ਦੇ ਕੰਮਾਂ 'ਚ ਦਾਅਵੇ ਕਰਦੇ ਨੇ, ਉਹਨਾਂ ਨੂੰ ਨਾ ਕਰਨ, ਵਿਕਾਸ ਕਰਨ, ਉਦੋਂ ਬਾਅਦ ਦਾਅਵੇ ਕਰਨ, ਨਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ। ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾਜ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮੋਡਿਊਲ 5.5 ਬੈਂਡ ਹੋਣ ਕਰਕੇ ਸੁਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90419 90419।